हफ्ते बाद ला लो, एक दो सहारा बनो। तुसी बाकी देखो, लोग इस करके राज भाग गया है, इस करके पंजाब का हाल है, पंजाबियों का हाल है, इस करके सारे बाहर जा रहे हैं। यार सिरमा थोड़ा एडा वड्डा रब ने कृपा की, तुसी एक दूजे के सामने लाई जाने, तो बहुत चंगा लगा। मैं बड़ा दुख हुंदा, मैं कदे नहीं सुधर सकदा। आ फिल्म लगी है, लग लैन तो पहला अनाउंस हुई है पिक्चर, ये ठीक है, तुसी तो हफ्ते बाद ला लो। ये की खिचाता नहीं भी असीं बराबर लाउणी है। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਬਹੁਤ ਸਵੱਭੀ ਤੁਹਾਡੇ ਦਰਸ਼ਨ ਹੁੰਦੇ ਆ, ਅਤੇ ਅੱਜ ਮੌੜ ਫਿਲਮ ਕਿੱਦਾਂ ਲੱਗਾ, ਕਿੱਦਾਂ ਦੀ ਫੀਲਿੰਗ ਹੈ? ਫੀਲਿੰਗਾਂ ਬੜੀਆਂ ਚੰਗੀਆਂ ਹੁੰਦੀਆਂ ਜਦ ਵੀ ਕੋਈ ਫਿਲਮ ਲੱਗਦੀ ਹੈ, ਪਰ ਇੱਕੋ ਗੱਲ ਦਾ ਦੁੱਖ ਹੈ ਕਿ ਇਹ ਫਿਲਮ ਪਹਿਲਾਂ ਲੱਗ ਰਹੀ ਸੀ, ਨਾਲ ਮੈਨੂੰ ਲੱਗਦਾ ਵੀ ਜੋੜਾ ਮੌੜ ਵੀ ਲਾ ਦਈ ਉਹਨਾਂ ਨੇ। ਬਿਲਕੁਲ ਬਿਲਕੁਲ, ਇਹ ਸਾਡੇ ਪੰਜਾਬੀਆਂ ਨੂੰ ਅਕਲ ਕਦ ਹੋਣੀ ਹੈ। ਮੈਂ ਬੜਾ ਹੈਰਾਨ ਹਾਂ ਲਾਈਫ ਦੇ ਵਿੱਚ ਵੀ ਤੁਸੀਂ ਇੱਕ ਦੂਜੇ ਨਾਲ ਖਿੱਚਾ ਤਾਂ ਨਹੀਂ ਕਿਉਂ ਕਰਦੇ, ਇੱਕ ਫਿਲਮ ਲੱਗ ਲੈਂਦੇ ਦੂਜੀ ਦੋ ਹਫ਼ਤੇ ਬਾਅਦ ਲਾ ਦਿਓ। ਤੁਹਾਨੂੰ ਕੀ ਲੱਗਦਾ ਕਿ ਇਹ ਕਿਉਂ ਗੱਲਾਂ ਹੁੰਦੀਆਂ ਨੇ? ਗੁੱਗੂ ਭਾਅ ਜੀ ਹਾਲਾਂਕਿ ਸਪੋਰਟ ਤਾਂ ਕਰਦੇ ਨਜ਼ਰ ਆਉਂਦੇ ਨੇ, ਪਰ ਇੱਦਾਂ ਲੱਗਦਾ ਕਿ ਨਹੀਂ ਹੋਣਾ ਚਾਹੀਦਾ? ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਭਾਈ ਇਕੱਠੀਆਂ ਫਿਲਮਾਂ ਨਾ ਲਾਓ, ਅੱਗੇ ਪਿੱਛੇ ਕਰ ਲਓ, ਆਪ ਸਿਆਣੇ ਇੰਨੀ ਦੇਰ ਹੋ ਗਈ ਉਹਨਾਂ ਨੂੰ ਫਿਲਮ ਕਰਦੇ। ਇਹ ਜਿਹੜਾ ਕੰਮ ਹੈ ਹਮੇਸ਼ਾ ਹੀ ਖਰਾਬ ਹੋਇਆ, ਔਰ ਇਹ ਜਿਹੜੀ ਲਾਗਤ ਬਾਜੀ ਇਹ ਕਦੇ ਜ਼ਿੰਦਗੀ 'ਚ ਕੰਮ ਨਹੀਂ ਆਉਣੀ। ਇੱਕ ਦੂਜੇ ਦਾ ਸਹਾਰਾ ਬਣ ਕੇ ਇੱਕ ਦੂਜੇ ਨਾਲ ਮੋਢਾ ਲਾ ਕੇ ਤੁਰੋ ਤਾਂ ਚੰਗਾ ਬਣਦੀ ਗੱਲ। ਮੈਨੂੰ ਬਹੁਤ ਦੁੱਖ ਹੁੰਦਾ ਇਸ ਗੱਲ ਦਾ, ਕਿਤੇ ਨੁਕਸਾਨ ਹੋਇਆ ਉਹਨਾਂ ਦਾ, ਉਹਨਾਂ ਨੂੰ ਛਿੱਤਰ ਵੀ ਤਾਂ ਹੀ ਖਾਂਦੇ ਨੇ, ਹਾਲ ਵੀ ਤਾਂ ਹੀ ਸਾਡਾ ਇਹੋ ਜਿਹਾ ਹੀ ਹੈ, ਕਿਉਂਕਿ ਅਸੀਂ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ। ਗੱਲ ਆ ਇਹ ਮੈਂ ਦੇਖਦਾ ਰਿਹਾ ਪਿਛਲੇ 50 ਸਾਲ ਤੋਂ, ਨੁਕਸਾਨ ਵੀ ਹੋਇਆ ਕਿਤੇ, ਉਹ ਸਕਰੀਨ ਨਾ ਨਹੀਂ ਮਿਲਿਆ ਉਸ ਫਿਲਮ ਨੂੰ, ਇਹ ਨੁਕਸਾਨ ਆਪਣੀ ਹੋਇਆ। ਜੇ ਆਹ ਫਿਲਮ ਪਹਿਲਾਂ ਲੱਗ ਰਹੀ ਹੈ ਤੁਸੀਂ ਦੋ ਹਫ਼ਤੇ ਬਾਅਦ ਲਾ ਲਓ, ਇੱਕ ਦੂਜਾ ਸਹਾਰਾ ਬਣੋ। ਤੁਸੀਂ ਬਾਕੀ ਦੇਖੋ, ਲੋਕ ਇਸ ਕਰਕੇ ਰਾਜ ਭਾਗ ਗਿਆ ਹੈ, ਇਸ ਕਰਕੇ ਪੰਜਾਬ ਦਾ ਹਾਲ ਹੈ, ਪੰਜਾਬੀਆਂ ਦਾ ਹਾਲ ਹੈ, ਇਸ ਕਰਕੇ ਸਾਰੇ ਬਾਹਰ ਜਾ ਰਹੇ ਆ। ਯਾਰ ਸਿਰਮਾ ਤੁਹਾਡਾ ਐਡਾ ਵੱਡਾ ਰੱਬ ਨੇ ਕਿਰਪਾ ਕੀਤੀ, ਤੁਸੀਂ ਇੱਕ ਦੂਜੇ ਦੇ ਸਾਹਮਣੇ ਲਾਈ ਜਾਂਦੇ ਹੋ, ਇਹ ਤਾਂ ਬਹੁਤ ਚੰਗਾ ਲੱਗਦਾ। ਮੈਂ ਬੜਾ ਦੁੱਖ ਹੁੰਦਾ, ਮੈਨੂੰ ਇਹ ਕਦੇ ਨਹੀਂ ਸੁਧਰ ਸਕਦਾ। ਆਹ ਫਿਲਮ ਲੱਗੀ ਇਹਨੂੰ ਲੱਗ ਲੈਣ ਤੋਂ ਪਹਿਲਾਂ ਅਨਾਊਂਸ ਹੋਈ ਹੈ ਪਿਕਚਰ, ਇਹ ਠੀਕ ਹੈ, ਤੁਸੀਂ ਤਾਂ ਹਫ਼ਤੇ ਬਾਅਦ ਲਾ ਲਓ। ਇਹ ਕੀ ਖਿੱਚਾ ਤਾਂ ਨਹੀਂ ਵੀ ਅਸੀਂ ਬਰਾਬਰ ਲਾਉਣੀ ਹੈ? ਕਦੇ ਇਨ ਫਿਊਚਰ ਅਗਲਾ ਤੁਹਾਡੇ ਨਾਲ ਕਦੇ ਇੱਦਾਂ ਚੀਜ਼ ਹੋਈ ਤਾਂ ਤੁਸੀਂ ਸਟੈਂਡ ਲਓਗੇ ਵੀ ਯਾਰ ਮੈਂ ਆਪਣੀ ਫਿਲਮ ਰੋਕ ਲੂੰਗਾ, ਪਰ ਜਿਹੜੀ ਪਹਿਲਾਂ ਲੱਗ ਰਹੀ ਹੈ ਉਹਨੂੰ ਲੱਗਣ? ਮੈਂ ਜੇ ਪ੍ਰੋਡਿਊਸਰ ਹੋਵਾਂ ਜਾਂ ਮੇਰੀ ਫਿਲਮ ਹੋਵੇ ਤਾਂ ਮੈਂ ਹਮੇਸ਼ਾ ਹੀ ਰੋਕ ਦਿਆਂ, ਕੋਈ ਵੀ ਫਿਲਮ ਹੋਵੇ ਵੀ ਕੋਈ ਗੱਲ ਨਹੀਂ ਮੈਂ ਦੋ ਹਫ਼ਤੇ ਬਾਅਦ ਲਾ ਲੂੰਗਾ। ਜੇ ਮੇਰਾ ਕੰਟੈਂਟ ਚੰਗਾ ਹੈ, ਮੇਰੀ ਫਿਲਮ ਚੰਗੀ ਹੈ, ਉਹ ਦੋ ਹਫ਼ਤੇ ਬਾਅਦ ਪਹਿਲਾਂ ਕੀ ਅਤੇ ਦੋ ਹਫ਼ਤੇ ਬਾਅਦ ਬਰਾਬਰ? ਇਹ ਤਾਂ ਦੇਖੋ ਨਾ, ਇਸ ਕਰਕੇ ਸਾਰੇ ਦੂਜੇ ਕਮਿਊਨਿਟੀ ਦੇ ਲੋਕ ਤਰੱਕੀ ਇਸ ਕਰਕੇ ਕਰਦੇ ਕਿਉਂਕਿ ਇੱਕ ਦੂਜੇ ਦਾ ਸਹਾਰਾ ਬਣਦਾ। ਆਪਾਂ ਇੱਕ ਦੂਜੇ ਦੇ ਕੱਪੜੇ ਲਾਉਣ 'ਤੇ ਲੱਗੇ ਹਾਂ, ਆਪਾਂ ਬੰਦੇ ਕਿੱਥੋਂ ਕਿੱਥੇ ਆ ਗਏ ਹਾਂ, ਔਰ ਕੋਈ ਨਵੀਂ ਗੱਲ ਨਹੀਂ। ਇਹ ਜਦ ਦਾ ਪੰਜਾਬ ਨੂੰ ਜੋ ਕੁਛ ਹੋ ਰਿਹਾ ਹੈ ਇਹ ਲੋਕਾਂ ਕਰਕੇ ਹੋ ਰਿਹਾ, ਇਸੇ ਗੱਲ ਪਿੱਛੇ ਹੋ ਰਿਹਾ। ਬੇਸ਼ੱਕ ਉਹ ਪੋਲੀਟੀਕਲ ਸਿਸਟਮ ਹੈ, ਬੇਸ਼ੱਕ ਉਹ ਸੋਸ਼ਲ ਸਿਸਟਮ ਹੈ, ਜਾਂ ਸਿਨੇਮਾ ਹੈ, ਜਾਂ ਟੂਰਿਜ਼ਮ ਹੈ, ਜਾਂ ਐਂਟਰਟੇਨਮੈਂਟ ਹੈ, ਬਹੁਤ ਦੁੱਖ ਵਾਲੀ ਗੱਲ ਹੈ। ਬਟ ਜਿਹੜੀ ਚੀਜ਼ ਚੰਗੀ ਉਹ ਨਿਕਲੇਗੀ, ਜਿਹੜਾ ਘੋੜਾ ਚੰਗਾ ਦੌੜੇਗਾ ਉਹ ਜਿੱਤੇਗਾ। ਥੈਂਕ ਯੂ ਭਾਈ।